ਪਟਿਆਲਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੁਰਾਣੀ ਰੰਜਿਸ਼ ਦੇ ਚਲਦੇ ਕੁਝ ਵਿਅਕਤੀਆਂ ਵੱਲੋਂ ਸਾਜਨ ਸਧਾਨਾ ਨਾਮਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਵੱਡੇ ਭਰਾ ਨੇ ਦੱਸਿਆ ਕਿ ਉਹ ਤੇ ਉਸਦਾ ਭਰਾ ਆਪਣੇ ਦੋਸਤਾਂ ਨਾਲ ਇੱਕ ਦੁਕਾਨ ਤੇ ਬੈਠੇ ਸਨ, ਜਿਸ ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਉਸਦੇ ਭਰਾ ਨੂੰ ਸਾਈਡ ਤੇ ਲਿਜਾ ਕੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਦੋਂ ਉਹ ਤੇ ਉਸਦੇ ਦੋਸਤ ਮ੍ਰਿਤਕ ਨੂੰ ਬਚਾਉਣ ਲਈ ਪਹੁੰਚੇ ਤਾਂ ਉਹਨਾਂ ਤੇ ਵੀ ਹਮਲਾ ਹੋ ਗਿਆ, ਜਿਸ ਕਾਰਨ ਉਹਨਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਬ੍ਰਦਰ ਮਾਮਾ ਜੀ ਦੇ ਬੇਟੇ ਹੈ ਅਤੇ ਛੋਟਾ ਮੇਰੇ ਤੋਂ, ਇਹ ਬੜਾ ਭਾਈ ਬ੍ਰਦਰ ਆ ਸਾਜਨ ਦਾ, ਮੋਂਟੀ, ਇਹ ਬੰਬੇ ਰਹਿੰਦਾ। ਇਕੱਠੇ ਕਿਸੇ ਕਾਫੀ ਟਾਈਮ ਬਾਅਦ ਆਇਆ ਅਤੇ ਇਕੱਠੇ ਥੋੜ੍ਹਾ ਜਿਹਾ ਗੱਡੀ ਲੰਮੀ ਲਈ ਸੀ, ਬਾਹਰ ਨੂੰ ਨਿਕਲਿਆ। ਮੁੰਡੇ ਆਏ ਦੋ, ਜਿਸ ਤਰ੍ਹਾਂ ਦੱਸਿਆ ਮੈਨੂੰ ਮੋਂਟੀ ਨੇ ਕਿ ਮੈਨੂੰ ਫੋਨ ਆਇਆ ਸੀਗਾ ਕਿ ਆਏ, ਮੈਨੂੰ ਕਹਿੰਦੇ ਆ ਕੇ ਪੰਜ ਮੁੰਡੇ ਆਏ ਸੀਗੇ। ਇਹੀ ਗੱਲ ਹੈ ਨਾ, ਪੰਜ ਮੁੰਡੇ ਐਕਚੁਲੀ ਕਿਹਾ ਸੀ, ਖੜੇ ਸੀ ਆਪਣਾ ਸਾਈਡ 'ਤੇ। ਤੁਹਾਡਾ ਨਾਮ ਕੀ ਹੈ ਭਾਅ ਜੀ? ਮੇਰਾ ਨਾਮ ਮੋਂਟੀ ਹੈ, ਅਮਿਤ। ਕੋਈ ਨਹੀਂ, ਕੋਈ ਨਹੀਂ, ਮੈਂ ਗੁਰਵੈਸ ਕਲੋਨੀ ਰਹਿੰਦਾ। ਜਿਹੜੇ ਮੁੰਡੇ ਦਾ ਭਾਅ ਜੀ ਮਰਡਰ ਕੀਤਾ ਗਿਆ, ਕੌਣ ਸੀ, ਕਿੱਥੇ ਰਹਿੰਦਾ ਸੀ? ਮੇਰਾ ਬ੍ਰਦਰ ਹੈ ਰੀਅਲ। ਅੱਛਾ ਜੀ, ਹਾਂ। ਕਿੱਥੇ ਰਹਿੰਦਾ, ਕੀ ਕਰਦਾ ਸੀ ਮੁੰਡਾ? ਹੈ MRCO, ਮੈਡੀਕਲ ਰੈਪ 'ਚ ਹੈ। ਯਾਰ ਹੋਇਆ, ਹੁਣ ਆਪਾਂ ਨੋਰਮਲ ਗੱਲ ਕਰਨਾ, ਤੁਸੀਂ ਆਓ ਬਿਨਾਂ ਵਜੇ, ਤੁਸੀਂ ਆ ਕੇ ਉੱਪਰ ਚੜ੍ਹ ਜਾਓ, ਫਿਰ ਤੁਹਾਨੂੰ ਠੰਡਾ ਕਰਕੇ ਸਾਈਡ 'ਤੇ ਭੇਜ ਦਿੱਤਾ ਜਾਵੇ, ਤੁਸੀਂ ਜੱਫੀ ਪਾ ਕੇ ਸਾਈਡ 'ਤੇ ਲੈ ਜਾਓ, ਲਿਆ ਕੇ ਤੁਸੀਂ ਕੰਮ ਕਰ ਦਿਓ। ਇਹ ਹੋਇਆ ਸੀ। ਕਿੰਨੇ ਬੰਦੇ ਸੀਗੇ ਤੁਹਾਡੇ? ਦੋ, ਜਿਹੜੇ ਮੈਨੇ ਦੋ ਦੀ ਸ਼ਨਾਖਤ ਕੀਤੀ ਹੈ, ਉਹ ਹੈ ਨਿੰਜਾ ਅਤੇ ਘੋੜਾ, ਜਿਨ੍ਹਾਂ ਨੇ ਮਾਰਿਆ। ਤਿੰਨ ਉਹਨਾਂ ਨਾਲ ਹੋਰ, ਤਿੰਨ ਚਾਰ ਹੋਰ ਸੀਗੇ। ਤੁਸੀਂ ਇਸ ਟਾਈਮ ਮੌਕੇ ਤੇ ਮੌਜੂਦ ਸੀ? ਇਸ ਟਾਈਮ ਮੈਂ ਮੌਜੂਦ ਸੀਗਾ, ਲੇਕਿਨ ਉਹ ਇੰਨੀ ਦੂਰ ਸੀਗੇ, ਮੈਨੂੰ ਲੱਗਾ ਨੋਰਮਲ ਗੱਲ ਕਰ ਰਹੇ ਨੇ, ਉਹ ਲੈ ਕੇ ਚਲਾ ਗਿਆ ਮੇਰੇ ਬ੍ਰਦਰ ਨੂੰ। ਬਟ ਜਦ ਮੇਰਾ ਬ੍ਰਦਰ ਉੱਧਰੋਂ ਭੱਜਿਆ ਰਿਹਾ, ਮੇਰੇ ਕਹਿੰਦੇ ਮੈਨੇ ਹੁਣ ਦੇਖਿਆ ਕਿ ਉਹਦਾ ਕਾਫੀ ਬਲੱਡ ਆ ਰਿਹਾ ਸੀਗਾ। ਮੇ ਬੀ ਰੰਜਿਸ਼ ਹੋਏਗੀ, ਨਹੀਂ ਤਾਂ ਐਵੇਂ ਕੌਣ ਕਿਸੇ ਦਾ ਮਰਡਰ ਕਰਦਾ ਯਾਰ? ਅਗਰ ਨੋਰਮਲ ਲੜਾਈ ਹੁੰਦੀ ਤਾਂ ਆਪਾਂ ਪੱਟ ਪੁੱਟ ਤੇ ਮਾਰ ਦੇਈਦਾ, ਚੱਲ। ਇਹ ਤਾਂ ਪੂਰਾ ਪਲਾਨ ਕਰਕੇ ਆਏ ਹੋਏ ਸੀ ਇਹ ਲੋਕ ਯਾਰ। ਕਿੰਨੇ ਮੁੰਡਿਆਂ ਨੇ ਇਹਦਾ ਮਰਡਰ ਕੀਤਾ ਗਿਆ ਇਸ ਟਾਈਮ ਤੇ? ਇਹ ਟੋਟਲ 6 ਲੋਕ ਸੀਗੇ, 5 ਤੋਂ 6, ਜਿਸ 'ਚੋਂ 2 ਦੀ ਸ਼ਨਾਖਤ ਮੈਨੇ ਕੀਤੀ, ਜਿਹਨੇ ਮਾਰਿਆ ਮੇਰੇ ਸਾਹਮਣੇ। ਤੁਹਾਡ੾ੇ ਭਰਾ ਦਾ ਕੀ ਨਾਮ ਹੈ? ਕੁਨਾਲ ਸਦਾਨਾ, ਸਦਾ ਸਾਜਨ। ਜਿਹੜੇ ਕੁਝ ਬੰਦੇ ਜ਼ਖਮੀ ਦੱਸੇ ਯਾਰ ਨੇ, ਕੌਣ ਨੇ ਫਿਰ ਜ਼ਖਮ ਲਾਈ? ਉਹ ਛੜਾਣ ਆਏ ਸੀਗੇ, ਇਹਨਾਂ ਨੇ ਉਹਨਾਂ ਦੇ ਵੀ ਵਾਰ ਉਹ ਕੀਤਾ ਹਮਲਾ। ਉਹ ਤਾਂ ਲਈ ਕਹਿ ਰਹੇ ਸੀ ਕਿ ਮੈਨੂੰ ਗੂਗਲ ਸਰਚ ਕਰੋ ਕਿ ਮੈਨੂੰ ਪਟਿਆਲੇ ਦਾ ਐਸਾ ਕੋਈ ਨਹੀਂ ਹੈ ਜਿਹੜਾ ਨਹੀਂ ਜਾਣਦਾ। ਬੇਸਿਕਲੀ ਉਹ ਆਪਣੀ ਡੈਸ਼ ਪਾਉਣਾ ਚਾਹ ਰਹੇ ਹਨ ਕਿ ਅਸੀਂ ਡੋਨ ਆ ਉਹਦੇ 'ਤੇ, ਜਿਹੜੀ ਉਹ ਮੈਨੂੰ ਵਾਈਬਸ ਦੇ ਰਹੇ ਸੀਗੇ। ਕਿੰਨੀ ਕੁ ਵਜੇ ਦੀ ਗੱਲ ਹੈ? ਇਹ ਬਿਟਵੀਨ 9:30-10:30 ਦੇ ਵਿੱਚ ਹੈ। ਤੁਸੀਂ ਕੀ ਸਮਝਦੇ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋਣ ਲੱਗੀਆਂ, ਆਪਾਂ ਲਗਾਤਾਰ ਦੇਸੀ ਯਾਰ ਮੈਨੇ ਵਾਰਦਾਤਾਂ ਹੋ ਰਹੀਆਂ, ਉਸ 'ਚ ਅਸੀਂ ਕਿਆ ਬੋਲੀਏ? ਸਾਨੂੰ ਤਾਂ ਜਸਟਿਸ ਚਾਹੀਦਾ, ਗੱਲ ਖਤਮ। ਠੀਕ ਹੈ ਜੀ। ਉੱਥੇ ਹੀ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਉਹਨਾਂ ਵੱਲੋਂ ਆਰੋਪੀਆਂ ਦੀ ਭਾਲ ਜਾਰੀ ਹੈ। ਫਿਲਹਾਲ ਪੁਲਿਸ ਵੱਲੋਂ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ। ਰੇਲਵੇ ਸਟੇਸ਼ਨ ਪਠਾਣਾ ਅਨਾਜ ਮੰਡੀ ਵਿਖੇ ਪੈਂਦੇ ਨੇ, ਉੱਥੇ ਕੁਨਾਲ ਸਦਾਨਾ ਇਲੀ ਸਾਜਨ ਨਾਂ ਦਾ ਜੋ ਮ੍ਰਿਤਕ ਲੜਕਾ ਹੈ, ਇਹ ਆਪਣੇ ਭਰਾ ਅਤੇ 3-4 ਹੋਰ ਦੋਸਤਾਂ ਦੇ ਨਾਲ ਉੱਥੇ ਜਾ ਰਿਹਾ ਸੀ। ਤਾਂ ਉੱਥੇ ਇਹਨਾਂ ਨੂੰ ਜੋ ਦੋਸ਼ੀ ਨੇ ਗੇ, ਇੱਕ ਅਮਿਤੇਸ਼ਵਰ ਘੋੜਾ ਨਾਂ ਦਾ ਵਿਅਕਤੀ ਹੈ, ਇੱਕ ਨੀਰਜ ਨਿੰਜੇ ਨਾਂ ਦਾ, ਅਤੇ ਕੁਛ ਉਹਨਾਂ ਦਾ 4-5 ਨਾਮਲੂਮ ਵਿਅਕਤੀ ਸੀ। ਉੱਥੇ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹਨਾਂ ਦੀ ਆਪਸ 'ਚ ਤਕਰਾਰਬਾਜ਼ੀ ਹੋ ਗਈ, ਜਿਸ 'ਤੇ ਘੋੜੇ 'ਤੇ ਉਹਦੇ ਸਾਥੀਆਂ ਨੇ ਇਹਨਾਂ 'ਤੇ ਕੋਈ ਤਿੱਖੀਆਂ ਕਿਰਚਾਂ ਜਾਂ ਛੁਰੇ ਵਗੈਰਾ ਨਾਲ ਇਹਨਾਂ 'ਤੇ ਹਮਲਾ ਕਰ ਦਿੱਤਾ, ਜਿਸ ਨਾਲ 4 ਬੰਦੇ ਇੰਜਰਡ ਨੇ ਅਤੇ ਇੱਕ ਜਿਹੜਾ ਸਾਜਨ ਦੀ ਉਹਦੇ ਨਾਲ ਡੈਥ ਹੋ ਗਈ, ਜਿਸ ਦੇ ਆਧਾਰ 'ਤੇ ਅਸੀਂ FIR ਰਜਿਸਟਰ ਕਰਕੇ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਨਹੀਂ, ਹਜੇ ਫਿਲਹਾਲ ਕੋਈ ਅਰੈਸਟ। ਸਰ, ਜਿਹੜਾ ਮੁੰਡੇ ਨੇ ਮਰਡਰ ਕੀਤਾ ਗਿਆ, ਕਿ ਉਹ ਪਹਿਲੇ ਉਹਦੀ ਬੈਕਗਰਾਉਂਡ ਕੀ ਹੈ, ਜਿਨ੍ਹਾਂ ਨੇ ਕੀਤਾ, ਜਿਹੜਾ ਤੁਸੀਂ ਨਾਮ ਨੋਟ ਕੀਤੇ ਗਏ ਨੇ, ਉਹ ਪਹਿਲਾਂ ਵੀ ਕੀ? ਉਹਨਾਂ ਦਾ ਅਸੀਂ ਉਹ ਕੋਤਵਾਲੀ ਏਰੀਏ ਦੇ ਰਹਿਣ ਵਾਲੇ ਨੇ, ਉਹਨਾਂ ਦਾ ਅਸੀਂ ਪ੍ਰੋਪਰ ਉਹਨਾਂ ਦਾ ਰਿਕਾਰਡ ਹਾਸਲ ਕਰ ਰਹੇ ਹਾਂ ਵੀ ਉਹਨਾਂ ਦਾ ਕੋਈ ਕ੍ਰਿਮੀਨਲ ਬੈਕ ਹੈ ਕਿ ਨਹੀਂ। ਕਿੰਨੇ ਬੰਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ? 2 ਬਾਈ ਨੇਮ ਨੇ ਜੀ, 4 ਅੰਕਸ਼ਾ 'ਤੇ। ਸਰ, ਹੋਰ ਵੀ ਕੋਈ ਜ਼ਖਮੀ ਹੋਏ ਨੇ ਇਹਦੇ ਵਿੱਚ? ਹਾਂਜੀ, 4 ਹੋਰ ਵਿਅਕਤੀ ਜ਼ਖਮੀ ਨੇ ਜੋ ਜੇਰੇ ਇਲਾਜ ਨੇ ਰਜਿੰਦਰ ਹਸਪਤਾਲ ਪਟਿਆਲਾ ਵਿੱਚ। ਸਰ, ਕਿਹੜੀਆਂ ਤਕੜੀਆਂ ਧਰਾਵਾਂ ਦੇ ਮਾਮਲਾ? ਅੰਡਰ ਸੈਕਸ਼ਨ 302, 307, 324, 148, 149। ਸਰ, ਯਾਰ ਦੋਸਤ ਵੀ ਕੌਣ ਸੀ ਸਾਡੇ ਜਿਹੜੇ ਵੀ ਹੈਗੇ ਇੰਜਰਡ ਹੋ ਜਿਹੜੇ? ਇੰਜਰਡ ਨੇ, ਹਾਂ, ਤਕਰੀਬਨ ਯਾਰੀ ਦੋਸਤੀ ਵਾਲੇ ਆਪਸ 'ਚ ਜਾਣਕਾਰ। ਸਰ, ਜਿਹੜੇ ਮੁੰਡੇ ਜਿਹਦਾ ਮਰਡਰ ਕੀਤਾ ਗਿਆ, ਉਹ ਕੀ ਕੰਮ ਕਰ ਕਰਦਾ? ਉਹ MR ਸੀਗਾ, ਮੈਡੀਕਲ ਜੋ ਰੈਜੀਡੈਂਟ ਹੁੰਦੇ, ਦਵਾਈਆਂ ਵਗੈਰਾ ਦਾ ਕੰਮ ਕਰਦਾ। ਪਟਿਆਲਾ ਤੋਂ ਕਮਲਜੀਤ ਕੰਬੋਜ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ, ਵਰਲਡ ਫੇਮਸ ਮੀਆਂ ਰਹਿਮਤ ਅਲੀ ਜੀ ਜੋ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਹੱਲ। ਸਪੈਸ਼ਲਿਸਟ ਵਸ਼ੀਕਰਨ, ਲਵ ਮੈਰਿਜ, ਲਾਟਰੀ ਨੰਬਰ, ਮਨਚਾਹਿਆ ਪਿਆਰ, ਕਰਜ਼ੇ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਕੀਤਾ ਕਰਾਇਆ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਖੂਨ ਦੇ ਛਿੱਟੇ ਆਉਣੇ, ਪਤੀ ਪਤਨੀ ਚ ਅਣਬਣ, ਹਰ ਜਗ੍ਹਾ ਤੋਂ ਨਿਰਾਸ਼ ਹੋਏ ਲੋਕ, ਇੱਕ ਵਾਰ ਜ਼ਰੂਰ ਫੋਨ ਕਰੋ। ਹਰ ਸਮੱਸਿਆ ਦਾ ਹੱਲ ਸਿਰਫ 21 ਘੰਟਿਆਂ 'ਚ, 101% ਗਰੰਟੀ ਨਾਲ। ਉਮੀਦ ਦੀ ਆਖਰੀ ਕਿਰਨ ਮੀਆਂ ਰਹਿਮਤ ਅਲੀ ਜੀ, ਇੱਕ ਵਾਰ ਫੋਨ ਜ਼ਰੂਰ ਕਰੋ। 78-772-45-655।